धरती ते आउण वाली है एक भयानक तबाही। हजारा साला तो खड़ा पिरामिड अचानक ढह गया। लोग भविखवाणियां दा सोच सोच डरे। अजकल जो समा है बहुत सारिया अजिहां खबरां सामने आ रही ने, तस्वीर सामने आ रही ने, जिन्हां तो लोग घरां दे विच बैठे भी डर गए ने। ਘਰਾਂ ਦੇ ਵਿੱਚ ਬੈਠੇ ਡਰਨ ਦਾ ਕਾਰਨ ਹੈ ਕਿ ਹਰ ਪਾਸੇ ਇਹੀ ਕਿਹਾ ਜਾ ਰਿਹਾ ਕਿ ਭਵਿੱਖਬਾਣੀ ਇਹ ਹੋਈ ਸੀਗੀ ਕਿ ਦੁਨੀਆ ਤਬਾਹ ਹੋ ਜਾਏਗੀ ਜਾਂ ਇਹ ਘਟਨਾ ਹੋਈ ਹੈ, ਤਬਾਹੀ ਦਾ ਸੰਕੇਤ ਹੈ, ਤਾਂ ਲੋਕ ਬਹੁਤ ਜ਼ਿਆਦਾ ਡਰੇ ਹੋਏ ਨੇ। ਹੁਣ ਇੱਕ ਹੋਰ ਘਟਨਾ ਹੋਈ ਹੈ। ਹਜ਼ਾਰਾਂ ਸਾਲਾਂ ਤੋਂ ਦੋ ਪੁਰਾਤਨ ਪਿਰਾਮਿਡ ਇਕੱਠਿਆਂ ਖੜ੍ਹੇ ਸੀ, ਇੱਕ ਉਹਨਾਂ 'ਤੇ ਆਂਚ ਤੱਕ ਨਹੀਂ ਆਈ ਸੀ, ਪਰ ਅਚਾਨਕ ਇੱਕ ਪਿਰਾਮਿਡ ਢਹਿ ਗਿਆ, ਟੁਕੜੇ ਟੁਕੜੇ ਹੋ ਗਏ ਉਸਦੇ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਹ ਤਬਾਹੀ ਦਾ ਸਭ ਤੋਂ ਵੱਡਾ ਸੰਕੇਤ ਹੈ। ਬਾਰਿਸ਼ ਹੁੰਦੀ ਹੈ, ਜਿਸ ਤੋਂ ਬਾਅਦ ਪਿਰਾਮਿਡ ਪੂਰੀ ਤਰ੍ਹਾਂ ਦੇ ਨਾਲ ਤਹਿਸ ਨਹਿਸ ਹੋ ਜਾਂਦਾ, ਤਾਂ ਇਹ ਕਿਹਾ ਜਾ ਰਿਹਾ ਕਿ ਹੁਣ ਧਰਤੀ 'ਤੇ ਇੱਕ ਭਿਆਨਕ ਤਬਾਹੀ ਆਉਣ ਵਾਲੀ ਹੈ। ਇਹ ਸਭ ਕਿਵੇਂ ਹੋਇਆ, ਕਿਸ ਥਾਂ 'ਤੇ ਹੋਇਆ, ਕਿਹੜਾ ਪਿਰਾਮਿਡ ਸੀ, ਕਿੰਨੇ ਸਾਲ ਪੁਰਾਣਾ ਸੀ, ਤਾਂ ਇਸ ਪਿਰਾਮਿਡ ਦੇ ਢਹਿਣ ਨੂੰ ਤਬਾਹੀ ਦੇ ਨਾਲ ਕਿਉਂ ਜੋੜਿਆ ਜਾ ਰਿਹਾ, ਆਓ ਜਾਣਦੇ ਹਾਂ। ਧਰਤੀ 'ਤੇ ਇੱਕ ਮਹਾਂਵਿਨਾਸ਼ ਦੀ ਚੇਤਾਵਨੀ ਦੇ ਸੰਕੇਤ ਦਿੱਤੇ ਗਏ ਨੇ। ਮੈਕਸੀਕੋ ਦੇ ਵਿੱਚ ਇੱਕ ਪ੍ਰਾਚੀਨ ਜਨਜਾਤੀ ਦੇ ਮਾਨਵ ਬਲੀ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਦੋ ਪਿਰਾਮਿਡ ਦੇ ਢਹਿਣ ਤੋਂ ਬਾਅਦ ਅਜਿਹਾ ਕਿਹਾ ਜਾ ਰਿਹਾ, ਦੱਸਿਆ ਜਾ ਰਿਹਾ ਕਿ ਆਉਣ ਵਾਲੇ ਵਿਨਾਸ਼ ਦੇ ਇਹ ਅਲੌਕਿਕ ਸੰਕੇਤ ਨੇ, ਜਿਸ ਕਰਕੇ ਇਹ ਪਿਰਾਮਿਡ ਢਹਿ ਗਿਆ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਦੇ ਮੁਤਾਬਕ ਇਹਨਾਂ ਪਿਰਾਮਿਡਾਂ ਨੂੰ ਬਣਾਉਣ ਵਾਲੀ ਸਥਾਨਕ ਜਨਜਾਤੀ ਦੇ ਵੰਸ਼ਜਾਂ ਨੂੰ ਡਰ ਹੈ ਕਿ ਵਿਨਾਸ਼ਕਾਰੀ ਤੂਫਾਨੀ ਬਾਰਿਸ਼ ਦੇ ਕਰਕੇ ਦੋ ਜੁੜਵਾ ਪਿਰਾਮਿਡਾਂ ਦੇ ਵਿੱਚੋਂ ਟੁੱਟੇ ਇੱਕ ਪਿਰਾਮਿਡ ਦੇ ਕਰਕੇ ਭਾਰੀ ਪ੍ਰਾਕਿਰਤਿਕ ਆਪਦਾ ਆਉਣ ਵਾਲੀ ਹੈ। ਤਸਵੀਰਾਂ ਦੇ ਵਿੱਚ ਦਿਖਾਇਆ ਗਿਆ ਹੈ ਕਿ 30 ਜੁਲਾਈ ਨੂੰ ਭਾਰੀ ਬਾਰਿਸ਼ ਤੋਂ ਬਾਅਦ ਪਿਰਾਮਿਡਾਂ ਦੀ ਇੱਕ ਸੰਰਚਨਾ ਥੋੜ੍ਹੀ ਜਿਹੀ ਢਹਿ ਗਈ ਸੀ, ਉਸਦਾ ਇੱਕ ਪਾਸੇ ਦਾ ਹਿੱਸਾ ਬਾਰਿਸ਼ ਦੇ ਵਿੱਚ ਵਹਿ ਗਿਆ। ਤਾਂ ਇਸ ਪਿਰਾਮਿਡ ਨੂੰ ਆਧੁਨਿਕ ਪਿਉਰਪੇਚਾ ਲੋਕਾਂ ਦੇ ਪੂਰਵਜਾਂ ਦੇ ਵੱਲੋਂ ਬਣਾਇਆ ਗਿਆ ਸੀ, ਜੋ ਇੱਕ ਖੂਨੀ ਜਨਜਾਤੀ ਸੀ ਜਿਸ ਨੇ ਐਸਟ੍ਰਿਕ ਜਨਜਾਤੀ ਨੂੰ ਹਰਾਇਆ ਸੀ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਪ੍ਰਾਚੀਨ ਪਿਉਰਪੇਚਾ ਜਨਜਾਤੀ ਨੇ ਆਪਣੇ ਸਭ ਤੋਂ ਮਹੱਤਵਪੂਰਨ ਦੇਵਤਾ ਕੁਰੇਕਵੇਰੀ ਨੂੰ ਮਾਨਵ ਬਲੀ ਦੇਣ ਦੇ ਲਈ ਯਾਕਾਟਾ ਪਿਰਾਮਿਡ ਦਾ ਇਸਤੇਮਾਲ ਕੀਤਾ ਸੀ। ਯਾਕਾਟਾ ਪਿਰਾਮਿਡ ਮਿਚੁਆਕਨ ਸੂਬੇ ਦੇ ਵਿੱਚ ਪਾਇਆ ਜਾਂਦਾ ਹੈ। ਪਿਉਰਪੇਚਾ ਜਨਜਾਤੀ ਤੋਂ ਸੰਬੰਧ ਰੱਖਣ ਵਾਲੇ ਇੱਕ ਸ਼ਖਸ ਨੇ ਕਿਹਾ ਕਿ ਉਹਨਾਂ ਦੀ ਪੁਰਾਣੀ ਪਰੰਪਰਾਵਾਂ ਦੇ ਮੁਤਾਬਕ ਤੂਫਾਨ ਤੋਂ ਪਿਰਾਮਿਡਾਂ ਨੂੰ ਹੋਏ ਨੁਕਸਾਨ ਆਉਣ ਵਾਲੇ ਵਿਨਾਸ਼ ਦਾ ਸੰਕੇਤ ਦਿੰਦੇ ਨੇ। ਉਹਨਾਂ ਨੇ ਕਿਹਾ ਕਿ ਸਾਡੇ ਪੂਰਵਜਾਂ ਲਈ ਇਹ ਇੱਕ ਬੁਰਾ ਸ਼ਗੁਨ ਸੀ, ਜੋ ਇੱਕ ਵਿਨਾਸ਼ ਦੀ ਵੱਡੀ ਘਟਨਾ ਦੇ ਨੇੜੇ ਆਉਣ ਦਾ ਸੰਕੇਤ ਸੀ। ਗੌਰਤਲਬ ਹੈ ਕਿ ਪਿਉਰਪੇਚਾ ਜਨਜਾਤੀ ਨੇ ਐਜ਼ਟੈਕ ਨੂੰ ਹਰਾਇਆ ਅਤੇ 1519 ਦੇ ਵਿੱਚ ਸਪੈਨਿਸ਼ ਹਮਲੇ ਤੋਂ ਪਹਿਲੇ 400 ਸਾਲ ਤੱਕ ਮੈਕਸੀਕੋ 'ਤੇ ਰਾਜ ਕੀਤਾ ਸੀ। ਮੈਕਸੀਕੋ ਦੇ ਪੁਰਾਤੱਤਵਿਕ ਇਲਾਕੇ ਦੇ 900 ਈਸਵੀ ਤੋਂ ਪਹਿਲਾਂ ਐਜ਼ਟੈਕ ਅਤੇ ਫਿਰ ਸਪੈਨਿਸ਼ ਹਮਲਾਵਰਾਂ ਦੇ ਆਉਣ 'ਤੇ ਪਿਉਰਪੇਚਾ ਜਨਜਾਤੀ ਦਾ ਕਬਜ਼ਾ ਸੀ। ਉੱਥੇ ਹੀ ਮੈਕਸੀਕਨ ਨੈਸ਼ਨਲ ਇੰਸਟੀਟਿਊਟ ਫੋਰ ਐਂਥਰੋਪੋਲੋਜੀ ਐਂਡ ਹਿਸਟਰੀ ਯਾਨੀ INAH ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕੀਤਾ, ਜਿਸ ਦੇ ਵਿੱਚ ਕਿਹਾ ਕਿ ਮੰਗਲਵਾਰ ਦੀ ਰਾਤ ਇਸ ਇਲਾਕੇ ਦੇ ਪਿਰਾਮਿਡ ਆਧਾਰਾਂ ਦੇ ਵਿੱਚੋਂ ਇੱਕ ਦੇ ਦੱਖਣੀ ਹਿੱਸੇ ਦਾ ਇੱਕ ਵੱਡਾ ਭਾਗ ਢਹਿ ਚੁੱਕਾ ਹੈ। ਇਹ ਪਿਉਰਪੇਚਾ ਝੀਲ ਦੇ ਬੇਸਨ ਦੇ ਵਿੱਚ ਭਾਰੀ ਬਾਰਿਸ਼ ਦੇ ਕਰਕੇ ਹੋਇਆ। 30 ਜੁਲਾਈ ਦੀ ਸਵੇਰ ਤੋਂ ਹੀ ਕਰਮਚਾਰੀ ਹੋਏ ਨੁਕਸਾਨ ਦਾ ਆਕਲਨ ਕਰਨ ਦੇ ਲਈ ਵਿਰਾਸਤ ਵਾਲੀ ਥਾਂ 'ਤੇ ਚਲੇ ਗਏ ਨੇ। ਇਸ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਨੂੰ ਆਉਣ ਵਾਲੀ ਤਬਾਹੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ।